Thank you.
खंड मिठे लोग डोगरे।
राती हिरण दे चोरियां दिन मिठे पला राती हिरण दे चोरियां दिन मिठे पला चल तेरी मेरी चल शरारा चल तेरी मेरी चल शरारा मेरी उठी कलेजे पीड़ है मैं नहीं बचदी मेरी उठी कलेजे पीड़ है मैं नहीं बचदी मेरे नहीं बचने दे सार हाय मैं नहीं बचदी मेरे नहीं बचने दे सार हाय मैं नहीं बचदी खबर करो खबर करो खबर करो मेरे माये की जिन नावा नहीं आचार हाय मैं नहीं बचदी जिन नहीं बचने दे सार हाय मैं नहीं बचदी ओ बकली जबानी दा शिकार नी बने पूरा इस गल दा ध्यान रखियो बकली जबानी दा शिकार नी बने पूरा इस गल दा ध्यान रखियो मिट्टी है जलेबी ने साईं डोगरी मिश्री ते मक्खन मलाई डोगरी मिट्टी है जलेबी ने साईं डोगरी मिश्री ते मक्खन मलाई डोगरी इयां ए बलोंदी जियां चले ठंडी वा रोसलियां तारियां च आई डोगरी इंगा ए बलोंदी जियां चले ठंडी वा रोसलियां तारियां च आई डोगरी थारे थारे दान जान रखे ओ पूरा इस गल दा ध्यान रखे ओ ओए डोगरे ओ डोगरी दा मान रखे ओ डोगरी ने पूरी पहचान रखे ओ डोगरी ने पूरी पहचान रखे ओ डोगरी ने पूरी पहचान रखे ओ नहीं इधर ही अभी वो उन्होंने एपिसोड बनाना ना पूरा तो टाइम लग रहा है ना मैं क्या करूँगा ਡਰੱਗ ਕਾਫੀ ਫੈਲਾ ਵਾ ਸੋਚਿਆ ਕਿ ਜਿਹੜੇ ਬੱਚੇ ਦੀ ਐਨਰਜੀ ਹੈ ਕਿਤੇ ਯੂਟੀਲਾਈਜ਼ ਕਰਨਾ ਚਾਹੀਦਾ ਸਾਰਾ ਗ੍ਰਾਂ ਐਸਾ ਜਿਹੜੀ ਪਿੱਛੇ
ਇੱਦਾਂ ਹੀ ਦੱਸਦੀ ਹੈ ਕਿਸਾ ਕੋਈ ਵੀ ਫੀਲਡ ਨਹੀਂ ਹੈ ਅੱਛਾਈ ਦੇ ਖੇਤਰ ਜਿੱਥੇ ਸਾਡੇ ਗ੍ਰਾਂ ਦੇ ਲੋਕ ਨਹੀਂ ਗਏ ਹੋਣ ਅਗਰ ਸਾਡੇ ਗ੍ਰਾਂ 'ਚ ਆਰਮੀ ਦੀ ਗੱਲ ਕਰੋ ਸਾਡੇ ਗ੍ਰਾਂ 'ਚ 22 ਦੇ ਕਰੀਬ ਕਰਨਲ ਜਿਹੜੇ ਟਾਇਰ ਹੋਏ ਨੇ ਇੱਕੇ ਗ੍ਰਾਂ ਦੇ ਇੱਕੇ ਮਾਂ ਦੇ ਤਿੰਨ ਪੁੱਤਰ ਜਿਹੜੇ ਜਨਰਲ ਟਾਇਰ ਹੋਏ ਐਟ ਐਟ ਇੱਕੇ ਟਾਈਮ ਪਰ ਔਰ ਉਹ ਓਲੰਪਿਕ ਬੁੱਕ ਆਫ ਇੰਡੀਆ 'ਚ ਰਿਕਾਰਡ ਵੀ ਹੈ ਉਹਦੇ ਭਰਾ ਆਈ ਐਫ ਐਸ ਟਾਇਰ ਹੋਏ ਨੇ ਔਰ ਉਹਦੇ ਫਾਦਰ ਜਿਹੜੇ ਪਹਿਲੇ ਮੇਜਰ ਹਿੱਟ ਜੋ ਨੇ ਸਾਡੇ ਪ੍ਰੈਜੀਡੈਂਟ ਕੀ ਸਲਿਊਟ ਕੀਤਾ ਹਾਂ ਇਸ ਦੇ ਇਲਾਵਾ ਤੁਸੀਂ ਸਿਵਲ ਐਡਮਿਨਿਸਟ੍ਰੇਸ਼ਨ ਦੀ ਗੱਲ ਕਰੋ ਸਾਡੇ ਗ੍ਰਾਂ ਦੀ ਸਲਾਹ 4 ਕੇਐਸ ਵਰਕਿੰਗ ਲੇਡੀਜ਼ ਜੋਤੀ ਰਾਣੀ ਸਲਾਥੀਆ ਮਰਜੂਲਾ ਸਲਾਥੀਆ ਅਰਚਨਾ ਕੁਮਾਰੀ ਅਤੇ ਪ੍ਰਿਆ ਲਕਸ਼ਮੀ ਸਲਾਥੀਆ ਅਗਰ ਸਾਡੇ ਕੇਐਸ ਆਫਿਸਰ ਦੀ ਗੱਲ ਕਰੋ ਮੇਲ 'ਚ ਸਾਡੇ ਵਰਿੰਦਰ ਸਿੰਘ ਸਲਾਥੀਆ ਆਰ ਟੀ ਓ ਰਿਟਾਇਰ ਹੋਏ ਨੇ ਕਿਵੇਂ ਗਏ ਸਾਡੀ ਪੁਲਿਸ 'ਚ ਵੀ ਸਾਡੇ ਕਾਫੀ ਲੋਕ ਡੀ ਆਈ ਜੀ ਅਨੂਪ ਸਿੰਘ ਸਲਾਥੀਆ ਸਾਡੇ ਗੁਰਜਾਰ ਸਿੰਘ ਸਲਾਥੀਆ ਸਾਹਿਬ ਸਾਰੇ ਡੀ ਐਸ ਪੀ ਦੇ ਬਹੁਤ ਸਾਰੇ ਸਾਡੇ ਗ੍ਰਾਂ ਦੇ ਐਸ ਐਸ ਸੀ ਕਾਫੀ ਐਸ ਐਸ ਸੀ ਜਿੱਥੇ ਸਾਡੇ ਗ੍ਰਾਂ ਦੇ ਲੋਕ ਆਪਣਾ ਮੁਕਾਮ ਪੁੱਜੇ ਰਹੇ ਨੇ ਇਸ ਤੋਂ ਇਲਾਵਾ ਸਪੋਰਟਸ ਦੀ ਗੱਲ ਕਰੋ ਸਾਡੇ ਬਿਸ਼ਪ ਸਿੰਘ ਜਿਹੜੇ ਫੈਂਸਿੰਗ ਦੇ ਕੋਚ ਨੇ ਸਾਡੇ ਜੇ ਐਨ ਕੇ ਦੇ ਇੱਥੇ ਕ੍ਰਿਕਟ ਟੀਮ ਦੀ ਸਾਡੀ ਬੀ ਸੀ ਸੀ ਦੇ ਸਲੈਕਟਰ ਹੈ ਡਾਕਟਰ ਰੁਪਾਲੀ ਸਲਾਥੀਆ ਹੁੰਦੀ ਉਹ ਜੇ ਐਨ ਕੇ ਟੀਮ ਦੇ ਕੈਪਟਨ ਵੀ ਰਹਿ ਚੁੱਕੇ ਨੇ ਉਸ ਤੋਂ ਬਾਅਦ ਮੀਨੂ ਸਲਾਥੀਆ ਉਹ ਵੀ ਜੇ ਐਨ ਕੇ ਟੀਮ ਦੇ ਕੈਪਟਨ ਰਹਿ ਚੁੱਕੇ ਨੇ ਸਾਡੇ ਗ੍ਰਾਂ ਦੀ ਕੁੜੀਆਂ ਵੀ ਕਾਫੀ ਅੱਛੇ ਫੀਲਡ 'ਚ ਜਾ ਰਹੀਆਂ ਸਾਡੇ ਗਾਈਡ ਐਂਡ ਕੋਚਿੰਗ ਸਾਡੇ ਬੱਚੇ ਪਿਛਲੇ ਇੱਕ ਸਾਲ 'ਚ 16 ਬੱਚੇ ਸਾਡੇ ਜੇ ਐਨ ਕੇ ਟੀਮ 'ਚ ਨੈਸ਼ਨਲ ਆਈ ਆਏ ਨੇ ਅਤੇ ਉਹ ਸਾਡਾ ਮਕਸਦ ਹੈ ਕਿ ਬੱਚੇ ਹੀ ਨਾ ਸਹੀ ਐਨਰਜੀ ਦਿੱਤੀ ਜਾ ਤਾਂ ਕਿਉਂਕਿ ਹਰ ਬੱਚੇ ਸਰਕਾਰੀ ਨੌਕਰੀ ਨਹੀਂ ਮਿਲਣੀ ਹੈ ਅਸੀਂ ਚਾਹੁੰਦੇ ਕਲਚਰ 'ਚ ਵੀ ਤੁਸੀਂ ਆਪਣਾ ਕੈਰੀਅਰ ਬਣਾ ਸਕਦੇ ਹੋ ਸਪੋਰਟਸ 'ਚ ਵੀ ਬਣਾ ਸਕਦੇ ਹੋ ਡਾਂਸ 'ਚ ਵੀ ਬਣਾ ਸਕਦੇ ਕੋਈ ਵੀ ਐਸਾ ਫੀਲਡ ਐਡਵੈਂਚਰਸ ਬਣਾ ਸਕਦੇ ਜਿਵੇਂ ਆਰਾਮ ਸਿੰਘ ਗਲਾਸੀ ਗੱਲ ਕਰੋ ਉਹ ਐਵਰੇਜ ਚੜ੍ਹਨ ਦੇ ਕਾਰਨ ਦੇ ਬਾਅਦ ਇੰਸਪੈਕਟਰ ਬਣ ਚੁੱਕੇ ਨੇ ਕੱਲ੍ਹ ਉਹਨੇ ਲੈਫਟੀਨੈਂਟ ਗਵਰਨਰ ਨੇ ਉਹਨੇ ਅਵਾਰਡ ਦਿੱਤਾ ਤਾਂ ਕਿ ਜਿਹੜੇ ਵੀ ਅਮਰਨਾਥ ਯਾਤਰਾ ਵੀ ਤੁਹਾਡੇ ਗ੍ਰਾਂ ਦੇ ਉਹ ਵੀ ਸਾਡੇ ਗ੍ਰਾਂ ਦੇ ਅਤੇ ਹਰ ਇੱਕ ਫੀਲਡ 'ਚ ਅਗਰ ਸਾਡੇ ਗ੍ਰਾਂ 'ਚ ਅਗਰ 10,000 ਵੱਧ ਗਏ ਐਸਾ ਕੋਈ ਕਾਰਨ ਨਹੀਂ ਜਿਸ ਕਾਰਨ ਕੋਈ ਬੰਦਾ ਆਰਮੀ 'ਚ ਨਹੀਂ ਹੋ ਅਤੇ ਬਸ ਇਹ ਕੋਸ਼ਿਸ਼ ਕਰ ਲਈ ਕੁਛ ਪਾਕਿਸਤਾਨ ਦੀ ਜੇ ਤੱਤਵ ਉੱਥੇ ਡਰੱਗਸ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਸਾਡੀ ਬੈਲਟ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਤਾਂ ਜਵਾਬ ਦੇਣ ਤਾਂ ਹੀ ਅਸੀਂ ਨਵੀਂ ਪੀੜ੍ਹੀ ਤਿਆਰ ਕਰਾਂਗੇ ਤਾਂ ਕਿ ਜਿੰਨਾ ਮਰਜ਼ੀ ਉਹ ਕਰ ਲੈਣ ਅਗਰ ਅੱਛਾਈ ਅਗਰ ਅੱਛੀ ਹੋਇਆ ਬੁਰਾਈ ਕੁਛ ਨਹੀਂ ਕਰ ਸਕਦੀ ਇੱਕ ਚੀਜ਼ ਖਾਸ ਕਰੀ ਹੈ ਕੋਈ ਵੀ ਸੰਸਥਾ ਜਿਹੜੀ ਚਲਾਉਣਾ ਹੋਵੇ ਜੀ ਕੁਛ ਪੈਸੇ ਦੀ ਲੋੜ ਪਾਉਂਦੀ ਹੈ ਹਾਂਜੀ ਹਾਂਜੀ ਨਾਲ ਗਵਰਨਮੈਂਟ ਵਾਲਾ ਤੁਸੀਂ ਚਲਾ ਕੇ ਜੀ ਜੀ ਕਿਆ ਕੁਝ ਮਦਦ ਮਿਲਦੀ ਹੈ ਜਾਂ ਆਪੋ ਵਿੱਚ ਕਿ ਪੈਸੇ ਕਿੱਥੇ ਕਰੀਏ ਤਾਂ ਸਾਰੇ ਗ੍ਰਾਂ ਦਾ ਬਹੁਤ ਬੜਾ ਸਹਿਯੋਗ ਹੈ ਇਸ ਸੰਸਥਾ ਕੀ ਚਲਾਉਣੇ ਨਹੀਂ ਲੱਗਦਾ ਕਿ ਸਾਡਾ ਐਸਾ ਗ੍ਰਾਂ ਦਾ ਕੋਈ ਬੰਦਾ ਹੋ ਜਿਹੜਾ ਫੰਕਸ਼ਨਰੀ ਜਾਂ ਫਿਰ ਬੱਚੇ ਨੂੰ ਸੈਲਬ੍ਰੇਟ ਬੱਚੇ ਫਾਈਨੈਂਸ਼ੀਅਲ ਹੈਲਪ ਨਹੀਂ ਕਰਦਾ ਸਾਰੇ ਗ੍ਰਾਂ 'ਚ ਅਸੀਂ ਕੋਈ ਵੀ ਗਵਰਨਮੈਂਟ ਏਡ ਨਹੀਂ ਲਈ ਅੱਜ ਤੱਕ ਤਾਂ ਨਾ ਕਿਸੇ ਪ੍ਰੋਜੈਕਟ ਲਿਆ ਅਸੀਂ ਐਨਜੀਓ ਖੋਲ੍ਹੇ ਹਾਂ ਲੇਕਿਨ ਕੋਈ ਐਸਾ ਪ੍ਰੋਜੈਕਟ ਕੋਈ ਨਹੀਂ ਲਿਆ ਲੇਕਿਨ ਸਾਡੇ ਗ੍ਰਾਂ ਦੇ ਜਿਹੜੇ ਉਹ ਕਰਨਲ ਸਾਹਿਬ ਕਰਨਲ ਜਸਵੰਤ ਸਿੰਘ ਸਲਾਥੀਆਂ ਜਾਂ ਸਾਡੇ ਜਾਂ ਬੱਲੂ ਚਾਚਾ ਨੇ ਪੰਕਜ ਬਈ ਆ ਸ਼ੇਖਰ ਬਈ ਆ ਪੰਚ ਸਰਪੰਚ ਜਿਹੜੇ ਵੀ ਸਾਡੇ ਗ੍ਰਾਂ ਦੇ ਵੱਡੇ ਵੱਡੇ ਲੋਕ ਨੇ ਸਾਡੇ ਗ੍ਰਾਂ 'ਚ ਹਮੇਸ਼ਾ ਸਪੋਰਟ ਕਰਦੇ ਉਹਨਾਂ ਸਾਡੀ ਲਾਇਬ੍ਰੇਰੀ ਖੋਲ੍ਹੀ ਆ ਉੱਥੇ ਵੀ ਸਾਡੇ ਗ੍ਰਾਂ ਦੇ ਲੋਕ ਗਏ ਕੁਛ ਨੇ ਏਸੀ ਦਿੱਤੇ ਕੁਛ ਨੇ ਫਰਨੀਚਰ ਦਿੱਤਾ ਕੁਛ ਨੇ ਪੱਖੇ ਦਿੱਤੇ ਮਤਲਬ ਪੂਰੇ ਗ੍ਰਾਂ ਸਾਨੂੰ ਸਪੋਰਟ ਕਰਦਾ ਤਾਂ ਕਿ ਯਾਰ ਅਸੀਂ ਟਾਈਮ ਨਹੀਂ ਦੇ ਸਕਦੇ ਕਮ ਸੇ ਕਮ ਫਾਈਨੈਂਸ਼ੀਅਲ ਹੈਲਪ ਕਰਕੇ ਇੱਕ ਚੀਜ਼ ਖਾਸ ਕਰੀ ਹੈ ਜਿਵੇਂ ਪਹਿਲੇ ਵੀ ਗੱਲ ਕੀਤੀ ਹੈ ਕਿ ਸਾਡੇ ਰੀਤੀ ਰਿਵਾਜ ਜਿਹਦੇ ਨਾਲ ਉਹ ਲੁਕ ਤੋਂ ਵੱਧ ਰਹੇ ਹਾਂਜੀ ਹਾਂਜੀ ਹੁਣ ਜਿਹੜਾ ਤੁਹਾਡਾ ਜਜ਼ਬਾ ਦੇਖੀ ਹੈ ਮੈਂ ਚਾਹੂੰ ਸ਼ਾਇਦ ਪ੍ਰਯਾਸ ਕਰੂੰ ਕੋਈ ਤੁਸੀਂ ਜਿਵੇਂ ਸਾਡੇ ਰੁੱਟ ਰਾੜੇ ਦਾ ਤਿਆਰ ਹਾਂਜੀ ਹਾਂਜੀ ਸਾਡੇ ਉਹ ਜਿਹੜੀਆਂ ਕੁੜੀਆਂ ਦਿਆਲੀ ਵੀ ਹੁੰਦੀ ਹੈ ਅਸਲ ਇੱਕ ਦੋ ਸਾਲ ਦੇ ਦਿਆਲੀ ਜੀ ਸਾਡੇ ਥੜੇ ਸਾਡੇ ਮੇਨ ਉੱਥੇ ਰੰਗੋਲੀ ਵਗੈਰਾ ਬਣਾਉਂਦੇ ਨੇ ਬੱਚੇ ਦੀਏ ਵਗੈਰਾ ਜਲਾਉਂਦੇ ਨੇ ਜੀ ਉਹ ਸਾਡਾ 15 ਅਗਸਤ ਹੋਇਆ ਅਸੀਂ ਸਰ ਗ੍ਰਾਂ 'ਚ 501 ਦੀਆ ਚਲਾਇਆ ਅਸੀਂ ਤਲਾਕ ਹੀ ਬਚਾਉਣ ਦੇ ਕਿਉਂਕਿ ਤਲਾਕ ਇਹ ਵੀ ਇੱਕ ਸਾਡੇ ਪੁਰਾਣੇ ਰੀਤੀ ਰਿਵਾਜ਼ 'ਚ ਕਿਉਂਕਿ ਪੁਰਾਣੇ ਲੋਕ ਜਿੰਨੇ ਵੀ ਇੱਥੇ ਪਾਣੀ ਪੀਂਦੇ ਨਹਾਉਂਦੇ ਇਹ ਪਾਣੀ ਯੂਜ਼ ਕਰਦੇ ਲੇਕਿਨ ਅੱਜ ਕੱਲ੍ਹ ਤਲਾਬ ਦੇ ਖਤਮ ਕਰਨ ਦੀ ਕੋਸ਼ਿਸ਼ ਲੋਕਾਂ ਅਗਰ ਪਾਣੀ ਆ ਜਾਏ ਲੇਕਿਨ ਜੇ ਤਲਾਕ ਸਭੇ ਤਾਂ ਅਸੀਂ ਭੁੱਲਣ ਜ਼ਿਆਦਾ ਉਸਦੇ ਰਿਲੇਟਿਡ ਅਸੀਂ ਸਰ 501 ਦੀਆ ਚਲਾਇਆ 15 ਅਗਸਤ ਦੀ ਔਰ ਅਸੀਂ ਕੋਸ਼ਿਸ਼ ਕਰਨੇ ਕਿ ਆਉਣ ਵਾਲੇ ਟਾਈਮ ਪਰ ਹੋਰ ਵੀ ਕਾਰਜ ਜਿੱਦਾਂ ਫਿਰ ਰੁੱਟ ਵਗੈਰਾ ਹੋਈ ਆ ਲੋਹੜੀ ਤਿਆਰ ਹੋਈ ਹੈ ਦੁਸਹਿਰੇ ਤਿਆਰ ਹੋਈ ਹੈ ਇਹਨੇ ਵੀ ਅਸੀਂ ਪੁਰਾਣੇ ਰੀਤੀ ਰਿਵਾਜ਼ ਬਣਾਉਣ ਦੀ ਕੋਸ਼ਿਸ਼ ਕਰਕੇ ਤਾਂ ਕਿ ਜਿਹੜਾ ਪੂਰਾ ਕਲਚਰ ਹੈ ਨਾ ਇਹ ਖਤਮ ਨਹੀਂ ਹੋਣ ਦੇਣਾ ਚਾਹੀਦਾ ਬਿਲਕੁਲ ਸੱਚ ਗੱਲ ਕਰਦੇ ਨੇ ਦੋਸਤੋ ਔਰ ਸਾਡਾ ਵੀ ਪ੍ਰਯਾਸ ਹੈ ਅੱਜ ਇਹਨੇ ਨੌਜਵਾਨਾਂ ਦੀ ਇਹ ਜਿਹੜੀ ਗਹਿ ਪੁੱਛ ਦੀ ਇਸੇ ਦੇਖੀ ਹੈ ਸਾਡਾ ਵੀ ਸੀਨਾ ਚੌੜਾ ਵਾਦਾ ਫਕਰ ਵਾਦਾ